ब्रॉडवे तुहाडे विदेश जाण दे सुपनियां नूं देवेगा हकीकत दी उड़ान। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਪ੍ਰੀਤ ਇੱਕ ਵਾਰ ਫਿਰ ਹਾਜ਼ਰ ਹਾਂ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਸੋ ਅੱਜ ਦੇ ਕੰਟੀਨਿਊ ਚੱਲ ਰਹੀ ਹੋਈ ਸਾਡੀ ਜਰਨੀ ਦੇ ਵਿੱਚ ਦੋ ਨਵੇਂ ਮਾਈਲਸਟੋਨ ਜੁੜੇ ਨੇ ਜਿਨ੍ਹਾਂ ਨੂੰ ਯੂਕੇ ਦਾ ਸਟੂਡੈਂਟ ਵੀਜ਼ਾ ਗ੍ਰਾਂਟ ਹੋਇਆ। ਉਹਨਾਂ ਦੇ ਨਾਲ ਗੱਲ ਕਰਾਂਗੇ ਮੈਮ ਰੂਬੀ ਔਰ ਮਿਸਟਰ ਅਭਿਸ਼ੇਕ ਦੇ ਨਾਲ ਕਿ ਉਹ ਕਿੱਦਾਂ ਦਾ ਫੀਲ ਕਰ ਰਹੇ ਨੇ। ਸੋ ਫਸਟ ਆਫ ਆਲ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਹੈ ਜੀ ਤੁਹਾਨੂੰ ਸਾਰਿਆਂ ਨੂੰ। ਸੋ ਸਾਨੂੰ ਯੂਕੇ ਦਾ ਵੀਜ਼ਾ ਗ੍ਰਾਂਟ ਹੋਇਆ ਐਂਡ ਇਸ ਚੀਜ਼ ਦੇ ਉੱਤੇ ਮੈਂ ਤੁਹਾਨੂੰ ਗੁੱਡ ਲੱਕ ਵਿਸ਼ ਕਰਦਾ ਸੋ ਦੈਟ ਤੁਸੀਂ ਆਉਣ ਵਾਲੇ ਫਿਊਚਰ ਐਂਡੇਵਰਸ ਦੇ ਵਿੱਚ ਬਿਲਕੁਲ ਸਕਸੈਸਫੁਲ ਰਹੋ। ਸੋ ਇੱਕ ਚੀਜ਼ ਮੈਂ ਤੁਹਾਡੇ ਕੋਲੋਂ ਜਾਣਨੀ ਚਾਹਾਂਗਾ ਕਿ ਇਹ ਕੋਵਿਡ-19 ਦੇ ਸਿਚੁਏਸ਼ਨ ਦੇ ਵਿੱਚ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਲੋਕਡਾਊਨ ਲੱਗੇ ਹੋਏ ਸੀ, ਸੋ ਸਾਡੀ ਕੋਸ਼ਿਸ਼ ਰਹੀ ਹੈ ਕਿ ਅਸੀਂ ਆਨਲਾਈਨ ਸਰਵਿਸਿਜ਼ ਦੇ ਥਰੂ ਹੀ ਤੁਹਾਡੇ ਸਾਰਿਆਂ ਦੇ ਐਪਲੀਕੇਸ਼ਨਸ ਨੂੰ ਪ੍ਰੋਸੈਸ ਕਰੀਏ। ਸੋ ਤੁਹਾਡਾ ਆਨਲਾਈਨ ਸਰਵਿਸਿਜ਼ ਨੂੰ ਲੈ ਕੇ ਕੀ ਕਹਿਣਾ? ਸਰ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸੀਗਾ, ਤੁਹਾਡੇ ਸਟਾਫ ਕਾਫੀ ਕੋਡੀਅਲ ਸੀ, ਸਪੈਸ਼ਲੀ ਹੀਨਾ ਮੈਮ ਜਿੰਨੀ ਵਾਰ ਵੀ ਕਾਲ ਕਰਦੇ ਸੀਗੇ ਆਨਲਾਈਨ ਡਰਾਈ ਕਿ ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ। ਸੋ ਥਰੂ ਆਨਲਾਈਨ ਪ੍ਰੋਸੈਸ ਥਰੂ ਆਊਟ ਚੱਲਦੇ ਹੋਏ ਕੀ ਤੁਹਾਨੂੰ ਸਾਨੂੰ ਵਿਜ਼ਿਟ ਕਰਨ ਦੀ ਜ਼ਰੂਰਤ ਪਈ ਸੀ ਜਾਂ ਸਾਰਾ ਕੁਝ ਤੁਹਾਡੇ ਘਰੋਂ ਹੀ ਹੋ ਰਿਹਾ ਸੀ? ਨਹੀਂ ਸਰ, ਬਿਲਕੁਲ ਸਾਰਾ ਕੁਝ ਸਾਡੇ ਘਰੋਂ ਹੀ ਹੋ ਰਿਹਾ ਸੀ, ਸਾਨੂੰ ਬਿਲਕੁਲ ਵੀ ਵਿਜ਼ਿਟ ਕਰਨ ਦੀ ਜ਼ਰੂਰਤ। ਬਿਲਕੁਲ ਜੀ, ਥੈਂਕ ਯੂ। ਐਂਡ ਤੁਸੀਂ ਆਪਣੇ ਫੈਲੋ ਫਰੈਂਡਸ ਨੂੰ ਕਲੀਗਸ ਨੂੰ ਕੀ ਰਿਕਮੈਂਡ ਕਰਨਾ ਚਾਹੋਗੇ? ਓਬਵੀਅਸਲੀ ਆਪਾਂ ਰਿਕਮੈਂਡ ਕਰਾਂਗੇ ਕਿ ਤੁਸੀਂ ਬ੍ਰੌਡਵੇ ਇਮੀਗ੍ਰੇਸ਼ਨ ਤੇ ਆਓ, ਇਹਨਾਂ ਦੇਖੋ ਆਪਣਾ ਵੀਜ਼ਾ ਲਗਵਾਓ, ਇਹਦੀ ਸਰਵਿਸਿਜ਼ ਬਹੁਤ ਵਧੀਆ, ਇਹਦਾ ਸਟਾਫ ਬਹੁਤ ਵਧੀਆ ਹੈ, ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਡੀਲ ਕਰੂਗਾ। ਰਾਈਟ, ਔਰ ਤੁਹਾਡਾ ਡਿਪੈਂਡੈਂਟ ਪ੍ਰੋਫਾਈਲ ਸੀਗਾ, ਸੋ ਕੀ ਤੁਹਾਨੂੰ ਐਮਬੈਸੀ ਦਾ ਕੋਈ ਕਾਲ ਜਾਂ ਕੁਝ ਇਦਾਂ ਦੀ ਵੀ ਆਈ ਹੈ? ਨਹੀਂ ਸਰ, ਸਾਨੂੰ ਇਦਾਂ ਦੀ ਕੋਈ ਕਾਲ ਨਹੀਂ ਆਈ। ਸੋ ਜਿਹੜੇ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਹਨ ਜੀ, ਸੋ ਜਿਹੜਾ ਤੁਹਾਡੇ ਅੰਦਰ ਇੱਕ ਕਨਫਿਊਜ਼ਨ ਸਟੇਟ ਕ੍ਰੀਏਟ ਹੋਈ ਹੈ ਕਿ ਕਪਲ ਕੇਸਿਸ ਦੇ ਵਿੱਚ ਜਾਂ ਡਿਪੈਂਡੈਂਟ ਕੇਸਿਸ ਦੇ ਵਿੱਚ ਐਮਬੈਸੀ 110% ਇੰਟਰਵਿਊ ਕੰਡਕਟ ਕਰਦਾ ਹੈ, ਸੋ ਉਹ ਚੀਜ਼ ਨਹੀਂ ਹੈ, ਉਹ ਇੱਕ ਵੇਰੀਐਂਟ ਚੀਜ਼ ਹੈ ਜਿਹੜੀ ਕਿ ਕਿਤੇ ਕਿਤੇ ਰੈਂਡਮਲੀ ਹੁੰਦੀ ਹੈ। ਸੋ ਅਗਰ ਤੁਸੀਂ ਵੀ ਆਪਣੇ ਐਪਲੀਕੇਸ਼ਨਸ ਨੂੰ ਪ੍ਰੋਸੈਸ ਕਰਵਾਉਣਾ ਚਾਹੁੰਦੇ ਹੋ, ਸਪੈਸ਼ਲੀ ਆਨਲਾਈਨ ਪ੍ਰੋਸੈਸ ਦੇ ਥਰੂ ਕਰਨਾ ਚਾਹੁੰਦੇ ਹੋ, ਤਾਂ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੁਹਾਡੇ ਨਾਲ ਹਾਜ਼ਰ ਹੈ। ਔਰ ਵਾਂਸ ਅਗੇਨ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੁਹਾਡੇ ਵੀਜ਼ੇ ਦੇ ਲਈ, ਐਂਡ ਅਰਦਾਸ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਚੜ੍ਹਦੀ ਕਲਾ ਚ ਹੋ। ਥੈਂਕ ਯੂ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਦੋਸਤ, ਜ਼ਿਆਦਾ ਸਮਾਂ ਤੁਹਾਡਾ ਮੈਂ ਸਟਾਰਟਿੰਗ 'ਚ ਨਹੀਂ ਲਊਂਗਾ, ਸਿਰਫ ਇੱਕ ਮਿੰਟ ਦਾ ਵੀਡੀਓ ਰਹੇਗਾ, 30 ਸੈਕਿੰਡ ਦੀਆਂ ਦੋ ਇੰਪੋਰਟੈਂਟ ਗੱਲਾਂ ਦੱਸਣੀਆਂ ਚਾਹੂੰਗਾ। ਸਭ ਤੋਂ ਪਹਿਲਾਂ ਵੱਧ ਰਹੀ ਕੋਵਿਡ ਦੀ ਸਿਚੁਏਸ਼ਨ ਦੇ ਵਿੱਚ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਨੂੰ ਆਨਲਾਈਨ ਯੂਟੀਲਾਈਜ਼ ਕਰੋ ਪਰਸਨਲ ਲਾਈਫ ਦੇ ਵਿੱਚ। ਸੋ ਬ੍ਰੌਡਵੇ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਵੀ ਆਨਲਾਈਨ ਸਰਵਿਸਿਜ਼ ਅਸਿਸਟ ਕਰ ਰਹੀ ਹੈ। ਤੁਸੀਂ ਸਾਡੀ ਵੈਬਸਾਈਟ 'ਤੇ ਜਾਓ, broadwaystudy.com, ਬੁੱਕ ਯੋਰ ਕਾਉਂਸਲਿੰਗ ਦਾ ਫੋਰਮ ਭਰੋ, ਔਰ 24 ਘੰਟੇ ਦੇ ਵਿੱਚ ਸਾਡੀ ਟੀਮ ਤੁਹਾਨੂੰ ਵੀਡੀਓ ਕਾਲ 'ਤੇ ਕਨੈਕਟ ਹੋਏਗੀ। ਤੁਸੀਂ ਆਪਣਾ ਪੂਰਾ ਪ੍ਰੋਫਾਈਲ ਡਿਸਕਸ ਕਰਕੇ ਘਰੇ ਬੈਠੇ ਆਪਣੇ ਕੇਸ ਨੂੰ ਇਨਰੋਲਡ ਕਰਕੇ ਚਲਾ ਸਕੋਗੇ, ਔਰ ਬ੍ਰੌਡਵੇ ਤੁਹਾਨੂੰ ਵੀਜ਼ਾ ਤੱਕ ਦੀ ਸਾਰੀ ਸਰਵਿਸ ਆਨਲਾਈਨ ਘਰੇ ਬੈਠੇ ਦੇਗੀ। ਇਸ ਤੋਂ ਇਲਾਵਾ ਜਿਹੜੇ ਬੱਚੇ ਆਲਸ PT ਡਿਊਲਿੰਗੋ ਦੀਆਂ ਕੋਚਿੰਗ ਲੈਣਾ ਚਾਹੁੰਦੇ ਆ, ਉਹਨਾਂ ਲਈ ਅਸੀਂ ਸਪੈਸ਼ਲ ਕਲਾਸਿਸ ਸਟਾਰਟ ਕੀਤੀਆਂ ਨੇ, ਜਿਹਦੇ ਵਿੱਚ ਇੱਕ ਟੀਚਰ, 3 ਸਟੂਡੈਂਟ ਔਰ 1 ਘੰਟੇ ਦੀ ਡੈਡੀਕੇਟਿਡ ਕਲਾਸ ਹੋਏਗੀ। ਉਹਦੇ ਨਾਲ ਅਰਾਊਂਡ 12 ਤੋਂ 13 ਘੰਟੇ ਤੁਹਾਨੂੰ ਇੱਕ ਵਟਸਐਪ ਨੰਬਰ ਦਿੱਤਾ ਜਾਏਗਾ, ਆਵਰਸ ਉਹਦੇ ਦੱਸੇ ਜਾਣਗੇ, ਜਿਹਦੇ ਵਿੱਚ ਤੁਸੀਂ ਆਪਣੇ ਕੋਈ ਵੀ ਕੁਐਸਚਨ, ਡਾਊਟਸ ਡਿਊਰਿੰਗ ਦਾ ਪ੍ਰੈਕਟਿਸ ਜਿਹੜੀ ਤੁਸੀਂ ਘਰੇ ਕਰਦੇ ਹੋ ਉਹ ਪੁੱਛ ਸਕੋ, ਟੀਮ ਨਾਲ ਕਨੈਕਟ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।